ਐਮਰਜੈਂਸੀ ਪ੍ਰੈਸ ਕਾਨਫਰੰਸ ਦਾ ਕੀ ਮੁੱਖ ਮੰਤਵ ਹੈ ਜੀ? ਵੇਖੋ ਅੱਜ ਇਸ਼ੂ ਇਹ ਆ ਕਿ ਸੁਲਤਾਨਪੁਰ ਲੋਧੀ ਦੁਆਬਾ ਸਾਡਾ ਮਾਝਾ ਤਰਨ ਤਾਰਨ ਜ਼ਿਲ੍ਹਾ ਸਾਰਾ ਫਲੱਡਾਂ ਦੇ ਪਾਣੀ ਨਾਲ ਸ਼ਾਹਕੋਟ ਜਲੰਧਰ ਭਰਿਆ ਪਿਆ ਅਤੇ ਸਰਕਾਰ ਨੇ ਅੱਜ 5 ਜ਼ਿਲ੍ਹਿਆਂ 'ਚ ਐਮਰਜੈਂਸੀ ਸਿਚੁਏਸ਼ਨ ਡਿਕਲੇਅਰ ਕਰਤੀ ਆ ਕਿ ਲੋਕਾਂ ਨੂੰ ਇਹ ਕਹੋ ਵੀ ਘਰਾਂ 'ਚੋਂ ਬਾਹਰ ਏਰੀਆ 'ਚੋਂ ਬਾਹਰ ਨਿਕਲਿਆ ਹੁਣ ਸੇਫ ਜਗ੍ਹਾ 'ਤੇ ਚਲ ਜਾ। ਦੇਖੋ ਮੈਂ ਦੱਸਣਾ ਚਾਹੁੰਦਾ ਕਿ ਅੱਜ ਇਸ ਸਮੇਂ ਜੇ ਆਪਾਂ ਗੱਲ ਕਰੀਏ ਸੁਲਤਾਨਪੁਰ ਲੋਧੀ ਹਰੀਕੇ ਤੋਂ ਜਿਹੜਾ 80 ਆ ਹੁਸ਼ਿਆਰਪੁਰ ਲਿੰਕ ਜਿੱਥੇ ਪਾਣੀ ਦਾ ਲੈਵਲ ਮੈਜਰ ਕੀਤਾ ਜਾਂਦਾ ਕਿ ਕਿੰਨਾ ਫਲੋ ਚੱਲ ਰਿਹਾ ਉੱਥੇ 1,70,000 ਤੋਂ ਲੈ ਕੇ 2,00,000 ਦੇ ਵਿੱਚ ਦੀ ਰੀਡਿੰਗ ਆ ਰਹੀ ਆ ਪਾਣੀ ਅਤੇ ਉਹ ਪਾਣੀ 1,48,000-50,000 ਦਾ ਡਿਸਚਾਰਜ ਫਰੋਮ ਪੌਂਗ ਡੈਮ ਹੋ ਰਿਹਾ ਅਤੇ ਬਾਕੀ 50,000 ਹਿਮਾਚਲ ਦਾ ਪਾਣੀ ਖੱਡਾਂ ਦਾ ਪੈਂਦਾ 2,00,000 ਦੇ ਆਸ ਪਾਸ ਪਾਣੀ ਡਿਸਚਾਰਜ ਹੋ ਰਿਹਾ ਜਿਹੜਾ ਸਾਡੇ ਇਲਾਕੇ 'ਚ ਅਗਲੇ 12 ਤੋਂ 15 ਘੰਟੇ ਦਾ ਟਰੈਵਲਿੰਗ ਟਾਈਮ ਆ ਅਤੇ ਜਿੰਨੀ ਪਾਣੀ ਦੀ ਸਪੀਡ ਤੇਜ਼ ਹੁੰਦੀ ਉਨਾ ਛੇਤੀ ਆਉਂਦਾ ਇਹ ਸ਼ਾਇਦ 10 ਘੰਟਿਆਂ 'ਚ ਹੀ ਆ ਜਾਵੇ। ਜਿਹੜਾ ਪਿਛਲਾ ਸਾਡਾ ਹੜ੍ਹ ਆਇਆ ਸੀ ਮਹੀਨਾ ਪਹਿਲਾਂ ਉਦੋਂ ਮੈਕਸੀਮਮ ਪਾਣੀ ਸਿਰਫ 90,000 ਕਿਊਸਿਕ ਪਾਣੀ ਆਇਆ ਸੀ ਤਾਂ ਅਸੀਂ ਇਹ ਹਾਲ ਸੀ ਸਾਡਾ ਅਤੇ ਭਾਖੜੇ 'ਚੋਂ 1,00,000 ਕਿਊਸਿਕ ਪਾਣੀ ਛੱਡਿਆ ਜਾ ਚੁੱਕਿਆ। ਟੋਟਲ ਪਾਣੀ ਜਿਹੜਾ ਸਾਡੇ ਹਰੀਕੇ 'ਚ ਪਹੁੰਚਣਾ ਉਹ 3,00,000 ਕਿਊਸਿਕ ਤੋਂ ਉੱਤੇ ਆ ਪਾਣੀ ਅਤੇ ਅੱਜ 3 ਵਜੇ ਦੀ ਜੋ ਡਿਸਚਾਰਜ ਸਰਕਾਰ ਵੱਲੋਂ ਹੋ ਰਹੀ ਸੀ ਉਹ ਅਪਰੋਕਸੀਮੇਟਲੀ 88,000 ਥੱਲੇ ਜਾ ਰਿਹਾ ਸੀ ਅਤੇ 10-12,000-15,000 ਨਹਿਰਾਂ 'ਚ ਜਾ ਰਿਹਾ। 1,00,000 ਦੇ ਅਪਰੋਕਸੀਮੇਟਲੀ ਡਿਸਚਾਰਜ ਹੈ। ਮੈਂ ਤਾਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਪੌਂਗ ਡੈਮ ਦਾ ਲੈਵਲ ਹੈ 1,390 ਫੁੱਟ ਡੇਂਜਰ ਲੈਵਲ ਹੈ ਉਹਦੇ 'ਚ 1,400 ਫੁੱਟ ਪਾਣੀ ਲੈਵਲ ਹੋ ਚੁੱਕਿਆ ਅਤੇ ਭਾਖੜੇ ਦਾ ਡੇਂਜਰ ਲੈਵਲ ਵੀ ਪੂਰਾ ਹੋ ਚੁੱਕਿਆ। ਸਰਕਾਰ ਨੂੰ 1,680 ਜਾਂ 1,678 ਹੋ ਚੁੱਕਿਆ। ਮੈਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਕੱਲਾ ਲੋਕਾਂ ਨੂੰ ਇਹ ਕਹਿ ਦਈਏ ਕਿ ਡੇਂਜਰ ਲੈਵਲ 'ਚੋਂ ਡੇਂਜਰ ਲੈਵਲ ਆ ਗਿਆ ਅਤੇ ਤੁਸੀਂ ਆਪਦੀ ਐਮਰਜੈਂਸੀ ਲੱਗੀ ਆਪਣਾ ਬੰਦੋਬਸਤ ਕਰੋ ਸੇਫ ਲੋਕੇਸ਼ਨ 'ਤੇ ਜਾਣ ਨੂੰ, ਉਹ ਸਲਿਊਸ਼ਨ ਨਹੀਂ ਹੈਗਾ। ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਹਰੀਕੇ ਦੇ ਦਰਖ ਲਾ ਦਿਓ ਤਾਂ ਕਿ ਪਾਣੀ ਥੱਲੇ ਚੱਲ ਜਾਏ। 3,00,000 ਕਿਊਸਿਕ ਪਾਣੀ ਆ ਰਿਹਾ, ਇਹ ਸਾਡੇ ਤੋਂ ਸਾਂਭਿਆ ਨਹੀਂ ਜਾਣਾ। 7 ਤੋਂ 10 ਲੱਖ ਕਿਊਸਿਕ ਪਾਣੀ ਆਲਰੇਡੀ ਸਾਡੇ ਕੈਸ਼ਮੈਂਟ ਏਰੀਏ ਦੇ ਵਿੱਚ, ਜਿਹਨੂੰ ਸਾਡੀਆਂ ਜ਼ਮੀਨਾਂ ਨੂੰ ਸਰਕਾਰ ਕਹਿੰਦੀ ਹੈ ਨਾ ਕੈਸ਼ਮੈਂਟ ਏਰੀਆ, ਉਹ ਕੈਸ਼ਮੈਂਟ ਏਰੀਆ ਨਹੀਂ, ਸਾਡੀਆਂ ਜ਼ਮੀਨਾਂ 'ਚ ਤੁਰਿਆ ਫਿਰਦਾ। ਮੈਂ ਕੱਲ੍ਹ ਰਾਤ ਦਾ ਇਗਜ਼ਾਮਪਲ ਦੇਣਾ ਚਾਹੁੰਦਾ। ਕੱਲ੍ਹ ਮੰਡਾਲੇ ਵਾਲਾ ਬੰਨ ਅਸੀਂ ਬੰਨ ਰਹੇ ਸੀ ਬਾਬਾ ਸੁੱਖਾ ਸਿੰਘ ਜੀ ਦੇ ਨਾਲ, ਸਰਿਆਲੀ ਸਾਹਿਬ ਵਾਲਿਆਂ ਨਾਲ। ਕੱਲ੍ਹ ਸ਼ਾਮ ਨੂੰ 7 ਵਜੇ ਤੋਂ ਲੈ ਕੇ ਉਹ ਬੰਨ ਸਵੇਰੇ 4 ਵਜੇ ਬੰਨਿਆ ਗਿਆ ਅਤੇ ਬੰਨ ਬੰਨਦੇ ਬੰਨਦੇ 7 ਵਜੇ ਤੋਂ ਲੈ ਕੇ ਸਵੇਰੇ 4 ਵਜੇ ਜਦੋਂ ਕੰਪਲੀਟ ਹੋਇਆ ਪਾਣੀ ਦਾ ਲੈਵਲ 3 ਫੁੱਟ ਵੱਧ ਚੁੱਕਿਆ ਸੀ ਅਤੇ ਮਹਾਰਾਜ ਦੀ ਕਿਰਪਾ ਰਹੀ ਉਹ ਬੰਨ ਬੰਨਿਆ ਗਿਆ। ਅਤੇ ਜੇ ਹਰ ਜੀ ਨੂੰ ਸਾਡੇ ਇੱਥੇ ਰਹਿੰਦਿਆਂ ਨੂੰ ਲੋਕਾਂ ਨੂੰ ਪਤਾ, ਅੱਜ ਪਿਛਲੇ 48 ਘੰਟਿਆਂ 'ਚ ਹਰ ਬੰਦੇ ਨੂੰ ਪਤਾ ਕਿ ਪਾਣੀ ਦਾ ਲੈਵਲ ਵੱਧ ਰਿਹਾ ਅਤੇ ਪਾਣੀ ਆਉਣਾ ਹੀ ਆਉਣਾ। ਅਤੇ ਸਰਕਾਰ ਮੈਨੂੰ ਨਹੀਂ ਸਮਝ ਆ ਰਿਹਾ ਕਿ ਕਿਉਂ ਹਰੀਕੇ ਦੇ ਲੈਵਲ ਨਹੀਂ, ਹਰੀਕੇ ਦੇ ਡੈਮ 'ਚੋਂ ਨਹੀਂ ਖੋਲ੍ਹਦੀ। ਇੱਕ ਬਹੁਤ ਵਧੀਆ ਜਵਾਬ ਵੀ ਦਿੰਦੇ ਆ, ਸਾਡੇ ਕੋਲ ਪਾਣੀ ਪਹੁੰਚਾ ਨਹੀਂ। ਫਿਰ ਉਹ ਸਿਰਫ ਨਹਿਰਾਂ 'ਚ 5,000 ਜਾਂ 10,000 ਕਿਊਸਿਕ ਪਾਣੀ ਛੱਡਣ ਲਈ 3,00,000 ਕਿਊਸਿਕ ਪਾਣੀ ਪੰਜਾਬ ਦੀ ਤਬਾਹੀ ਕਰਦਾ ਸਾਡੇ। ਅੱਜ ਉਹ ਡੈਮ ਲੈਵਲ ਤੁਸੀਂ 12 ਘੰਟੇ ਬਾਅਦ ਵੀ ਡੈਮ ਲੈਵਲ ਘਟਾਉਣਾ। ਮੈਂ 9 ਤਰੀਕ ਨੂੰ ਵੀ ਪਿਛਲੇ ਹੜ੍ਹ 11 ਨੂੰ ਆਏ ਸੀ, 9 ਨੂੰ ਕਿਹਾ ਸੀ ਕਿ ਪੰਜਾਬ 'ਚ ਹੜ੍ਹ ਆ ਜਾਣੇ ਆ, ਅੱਜ ਵੀ ਇਹ ਕਹਿ ਰਿਹਾ। ਉੱਦਣ ਵੀ ਬੇਨਤੀ ਕੀਤੀ ਸੀ ਡੈਮ ਲੈਵਲ ਘਟਾਓ ਅਤੇ ਅੱਗੇ ਪਾਣੀ ਛਡਾਓ, ਤੁਸੀਂ ਛੱਡਿਆ ਨਹੀਂ। ਜਦੋਂ ਬੰਨ ਟੁੱਟ ਗਏ ਉਸ ਤੋਂ ਬਾਅਦ ਡੈਮ ਲੈਵਲ ਘਟਾਇਆ। ਅੱਜ ਡੈਮ ਲੈਵਲ ਘਟਾ ਦਿਓ, ਅਜੇ ਵੀ 10-12 ਘੰਟੇ ਹੈਗੇ ਆ ਸਾਨੂੰ ਬਚਣ ਨੂੰ। ਜੇ ਅੱਗੇ ਪਿੱਛੋਂ 3,00,000 ਪਾਣੀ ਆ ਰਿਹਾ, ਅੱਗੇ 3,00,000 ਹੁਣ ਵੀ ਛੱਡਣਾ ਚਾਲੂ ਕਰ ਦਿਓਗੇ
तो 3 लाख आऊगा तो लंघ जाऊगा, शायद साडा बचाव हो जाए। पर जे तुसी कहोगे पानी जदों आएगा तो उदों छड्डांगे, वो पहला पानी साडे खेतां च बनना, साडे बन भन्नणे उहने, उहदे तों बाद थोड़े को पहुँचना वो पानी। जिन्ना नुकसान साडे दुआबे दा ते माझे दा होया उहदे तों कई गुणा नुकसान होना। सो सरकार नूं हाथ जोड़ के बेनती करनी चाहुंदा कि ये दर खोले जाण ताकि साडे लोकां दा बचाव हो सके। सिचुएशन काफ़ी अलार्मिंग जिम्मे दसिया, पर फिर भी सरकार वाले दिलचस्पी क्यों नहीं दिखा रही, की कारण समझ रहे वीर? जिम्मेवारी सरकार की, जवाब तो सरकार ही दे सकती। मैं तो आप कई बार उच्च अफसरों मिल चुके हैं, उन्होंने बेनती कर चुके, उन्होंने एक्सप्लेन भी कर चुके हैं कि ये सिचुएशन हैगी है, पानी दे पानी तो उन्होंने दर चो ही निकल के जाना। सानू पता पिछों 3 लाख क्यूसिक पानी का आ रहा, वह प्रैशर हरेक जिमीदार को पता भी कल तो लैके अज तीन एक एक फुट पानी बच चुका। तुम श्री हरगोबिंद को पूछ लो, उन्होंने पानी बच चुका, भरना चालू हो गया। साडा जे पानी अग्गों हुण भी सरकार पूरे दर खोले तो शायद कितने बचा हो सके, तो जे इन्होंने दर नहीं ना खोले उस पानी की इंतजार की। मैं थोड़ा पहला ही दस रहा भी साडा इलाका की तबाही होनी है सारे माझे की, तो सारे दुआबे की। सरकार को हाथ जोड़ के बेनती है कि लोगों के बारे सोचो, सिर्फ दर खोलना ही आंसर है, तुम बाद भी यही काम करना। पहला मंडाले वाला बन टुटिया, वो बाद काम किया, एक काम 12 घंटे पहला कर लो, शायद साडा बचाव हो सके। लोग अजे पिछला जिहड़ा नुकसान होया तो नहीं असी अपनी कमर सीधी कर पाए, लोगों के झोने मसीह द्वारा बीजे से, तो हुण लोगों से ताकत नहीं हैगी दोबारा अपने झोने बीजन की। खराबे के कोई पैसे नहीं आए, वो गल वक्री है, बट अज का मेन फोकस सिर्फ एक आ कि इस पानी को मैनेज कर लीए। मैं शो मैं पता कि भी थोड़ी नॉलेज होगा, पर मैं ये नहीं पता तो लोगों भी ये क्वेश्चन मार्क हर बंदा पुछदा कि सरकार दर क्यों नहीं खोलती। तो हाथ जोड़ के ही बेनती है भी दर खोल दौ सर। देखो जे 2 लाख क्यूसिक 2.25 लाख क्यूसिक पानी आया फिर साडे बन ते रहने ही नहीं, ये तो तुसी बन नूं भी इफेक्ट कर जाना जे 2.25 लाख क्यूसिक पानी आया। असलियत यह आ 1 लाख क्यूसिक पानी ते तुसी बन्ना दे विच क्रैक पैने चालू हो गए सी, तुसी सारे ने वेखे अपने पानी सीप करना चालू कर गया सी, किते एक एक फुट रह गया सी। पिंड बाजे का एग्जाम्पल दे दिया, ते हुण जे 2 लाख क्यूसिक पानी आऊगा अज एक बचा हो सकता, जे अगे 2 दी जगह 2.5 कढ दिओ क्योंकि पानी ऑलरेडी हैगा आ खेतों च तुरिया फिरदा, ते साडा शायद बचा हो सके। ये लैवल डैम दे इन्ने हो चुके आ कि ये 7-8 दिन सरकार पानी कढ़ना ही पैना सरकार नूं, क्योंकि डैम लैवल उत्ते हो चुके 10-10 फुट प्लस जा चुके आ। 10 घंटे पहला डिसीजन ले लीए तो शायद साडा बचाव हो सके। राणा साहब ये समझे नहीं कि सियासत खेडी जा रही है फिरोजपुर इलाके के, उधरों सरकार के दबाव आ रहे हैं कि ये हरीके के डैम जोड़े है ये ना खोले जाने दे। देखो सियासत ये जरूर खेडी जा रही है, सरकार को खेडनी नहीं चाहिए। 5000 क्यूसिक एक जिले में पानी जाता नहरों के थ्रू, जे वो 5000 देना ना तो साडा हरीके तो पिछला बन्ना डोबना पेगा सरकार को, तो पानी जाना डैम लैवल मेनटेन करोगे। तो जे वो पानी खाली करना 4 दिन उन्होंने ना दो पानी, इलाके बचा लो, लोगों का बहुत माड़ा हाल है ना। इतनी सरकार चो कोई आया देखते ग्राउंड से जिते बन टुटे आ, अज तो यही बेनती करूँगा कि उस पानी जिहड़ा एक जिले में या 2 जिले में जा रहा, एक ही जिला आ, अगे कढ दिओ, थानूं 8 घंटिया बाद भी कढ़ना पैना, 8 घंटिया च फर्क नहीं कोई पैना, पर मे बी तुसीं अज फ्लो वधा के सिचुएशन नूं बचा सको। उहदा कारण एक होर है, जदों पानी स्पीड च तुरदा तो उहदा डिस्चार्ज होंदा, जब तक स्पीड नहीं बढ़ूगी पानी ने अगे नहीं तुरना,
जे पानी खड़ा होके कहोगे साढ़े को आएगा तो तुरेगा, वह पानी ने थोड़े को नहीं आना, उन्हें पिछे ही घूमी जाना है लोगों के खेतों के। सो स्पीड मेनटेन करनी पेगी, फ्लो मेनटेन करना पेगा प्रॉपर डिस्चार्ज करने वास्ते। आरके तांत्रिक अघोरी तांत्रिक इन कामख्या असी कहते नहीं करके दिखाते हैं, किसी भी तरह का काला जादू करो या तुड़वाओ केवल 8 घंटिया विच, सिर्फ 5 घंटिया विच आज ही वशीकरण करवाओ या फिर तुड़वाओ। कारोबार, नौकरी, प्रेम विवाह, झगड़े, दुश्मन तो छुटकारा, विदेश यात्रा, घरेलू कलेश, पढ़ाई विच रुकावट, सिर्फ 11 घंटे विच पाओ किसी भी तरह की समस्या का हल। जेकर आज ही कह दिता कि लॉटरी निकलेगी तो 100% लॉटरी कट के दिखाते हैं, कॉल या व्हाट्सएप करो 9460170252 उते। साड़ा पता है कामख्या पीठ गुवाहाटी असम, पिन कोड है 78101।